ਕਾਸ਼ਵਾਣੀ ਜੰਮੂ ਹੈ ਸਨਿਆ ਖਬਰਾਂ ਵਿੱਚ ਤੁਹਾਨੂੰ ਸਵਾਗਤ। ਪਹਿਲੇ ਖਾਸ ਖਬਰਾਂ ਕਰਨੇ ਮੈਂ ਵਿਜੇ ਬਜਾਜ। ਲੈਫਟਨੈਂਟ ਗਵਰਨਰ ਮਨੋਤ ਸਿਨਾਵਰੇ ਆਖਿਆ ਜੇ ਪਾਰਤ ਦੇ ਰੱਖਸ਼ਾ ਉਤਪਾਦਨ ਚ ਵਾਧਾ ਮੁਲਖਾ ਲਈ ਇੱਕ ਸਕਾਰਾਤਮਕ ਸਾਰਤ ਹੈ। ਲੱਦਾਖ ਦੇ ਐਲਜੀ ਬੀਡੀ ਮਿਸ਼ਰਾ ਨੇ ਸਾਫ ਕੀਤਾ ਜੇ ਪਾਰਤ ਦੀ 1 ਇੰਚ ਜ਼ਮੀਂ ਵੀ ਚੀਨ ਦੇ ਕਬਜ਼ੇ ਠ ਨਹੀਂ ਹੈ। ਬਨੇ ਕਨੇ ਲੱਗਦੇ ਰ ਜੋਰੀ ਤੇ ਪੁਨਚ ਜ਼ਿਲ੍ਹੇ ਚ ਅਤੰਕਵਾਦ ਦੀ ਚੁਣੌਤੀ ਕਰਨ ਨਿਪਟਣ ਲਈ ਸੁਰੱਖਿਆ ਬਲਿੰਦੀ ਬਾਦੂ ਤੈਨਾਤੀ ਕੀਤੀ ਗਈ ਹੈ। ਜਨਜਾਤੀ ਟੋਕ ਕੇਮਪਰ ਵੀ ਨਜ਼ਰ ਰੱਖੀ ਜਾਗ। ਲੈਫਟਨੈਂਟ ਗਵਰਨਰ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਭ੍ਰਸ਼ਟਾਚਾਰ ਦੀ ਪਲਿਆਂ ਖਤਮ ਕਰਨੇ ਆਸਤੇ ਸਰਕਾਰ ਹੈ ਬਹੁਮੁਖੀ ਨੀਤੀ ਅਪਣਾਈ ਦੀ ਹੈ ਜਿਨਨੇ ਪਿਛਲੇ ਕਈ ਦਹਾਕਿਆਂ ਤੱਕ ਇੱਥੇ ਆਪਣੀਆਂ ਜੜਾਂ ਮਜ਼ਬੂਤ ਕੀਤੀ ਦੀਆਂ ਹੀਆਂ ਤੇ ਸਰਕਾਰ 300 ਕੋਲਾ ਮਤੀਆਂ ਨਵੀਆਂ ਸੈਲਾਨੀ ਥਾਰਾਂ ਗੇ ਵਿਕਸਿਤ ਕਰੋਗਾ ਇਸ ਬਰੇ 1 ਕਰੋੜ 28 ਲੱਖ ਕੋਲਾ ਮਤੇ ਸੈਲਾਨੀ ਸੈਲਸਫਾ ਲਈ ਅਜੇ ਤੱਕ ਜੰਮੂ ਕਸ਼ਮੀਰ ਚ ਆਏ ਚੁਕੇ ਦਿਨ ਖਬਰਾਂ ਦੀ ਤਫਸੀਲ ਕਰਨਾ ਜਗਮੋਹਨ ਸ਼ਰਮਾ ਉਪਰਾਜਪਾਲ ਮਨੋ ਸਿੰਘ ਹੋਰਿਆਂ ਅੱਖ ਕਿ ਜ ਬਦਲਦੇ ਸਮੇਂ ਦੇ ਕੰਨੇ-ਕੰਨੇ ਯੁੱਧ ਦੇ ਤੌਰ ਤਰੀਕੇ ਵੀ ਬੜੀ ਤੇਜ਼ੀਆ ਕਰਨੇ ਬਦਲਾ ਕਰ ਦੇਣਾ ਉਹਨੇ ਅੱਖ ਕਿ ਭਾਰਤ ਨੇ ਆਪਣੇ ਰੱਖਿਆ ਉਤਪਾਦਨ ਚ ਬੜੀ ਤੇਜ਼ੀਆ ਕਰਨੇ ਤੇ ਬੜਾ ਮਤਾਬਾਦਾ ਕੀਤਾ ਤੇ ਇਹ ਸਾਡੇ ਮੁਲਕ ਲਈ ਬੜੀ ਸਕਾਰਾਤਮਕ ਚੀਜ਼ ਹੈ ਇਹ ਗੱਲ ਉਹਨੇ ਅੱਜ IIT ਜੰਮੂ ਚਲਵਾਏ ਗੇ ਦੇ ਨਾਰਥ ਟੈਕ ਸਿੰਪੋਜ਼ੀਅਮ 2023 ਦੇ ਮੌਕੇ ਪਰ ਮੀਡੀਆ ਕਰਨੇ ਗੱਲਬਾਤ ਕਰਦਿਓ ਯਾਕੀ ਲद्दाख ਦੇ ਉਪਰਾਜਪਾਲ ਬੀਡੀ ਮਿਸ਼ਰਾ ਅਤੇ ਅੱਖਿਆ ਜੀ ਭਾਰਤੀ ਅ ਜੀਮੀਦਾ 1 ਇੰਚ ਇਹ ਸਭ ਚੀਨ ਦੇ ਕਬਜ਼ੇ ਹਟ ਨਹੀਂ ਹੈ ਤੇ ਭਾਰਤੀ ਬਲ ਕੁਸਾ ਵੀ ਇਮਾਕਤ ਦਾ ਬੰਕਤਾ ਪਰਦਾ ਦੇਣ ਲਈ ਪੂਰੀ ਚਾਲੀ ਤਿਆਰ ਨ ਬੀਡੀ ਮਿਸ਼ਰਾ اور ਅਜ ਜੰਮੂਚ ਆਯੋਜਿਤ ਤਰੇ ਰੋਜ਼ਾ ਨਾਰਥ ਟੈਕ ਸਿੰਪੋਜ਼ੀਅਮ 2023 ਦੇ ਬਾਰੇ ਗੱਲ ਕਰ ਰਹੇ ਦੇ ਉਹਨੇ ਆਖਿਆ ਜੀ ਸਾੜੇ ਸੈਨਿਕੀਏ ਦੇ ਉਸ ਦੇ ਪੂਰੀ ਚਾਲੀ ਬੁਲੰਦਨ ਤੇ ਕੁਸੇ ਦੀ ਐਸੀ ਤੇ ਇੰਨੀ ਹਿੰਮਤ ਨਹੀਂ ਜੋ ਭਾਰਤ ਅਲੀ ਬਖੀ ਅੱਖ ਤਰੇਰੀਏ ਦੇਖੀ ਸਕਾ ਜਾਂ ਕੋਈ ਸਾਜ਼ਿਸ਼ ਰਚਨੇ ਦੀ ਜੁਰਤ ਕਰਾ IIT ਜੰਮੂ ਦੇ ਜਗਤੀ ਕੈਂਪਸ ਸਚ ਅੱਜ ਨਾਰਥ ਟੈਕ ਸਿੰਪੋਜ਼ੀਅਮ 2023 ਦਾ ਆਯੋਜਨ ਕੀਤਾ ਜਾਦਾ ਹੈ ਇਸ ਕਾਰਜਕ੍ਰਮ ਦੌਰਾਨ ਰੱਖਿਆ ਉਦਯੋਗ ਕਨੇ ਸਰਬੰਧਿਤ ਕੰਪਨੀਆਂ ਸਿਆ ਭਲਿਆ ਅਜਕਲ ਦੀਆਂ ਤਕਨੀਕੀਆਂ ਦਾ ਪ੍ਰਦਰਸ਼ਨ ਕੀਤਾ ਜਾਦਾ ਹੈ ਜਿੰਦਾ ਇਸਤੇਮਾਲ ਰੱਖਿਆ ਬਲੇ ਪਾਸਿਆ ਕੀਤਾ ਜਾਗ ਤਿੰਨ ਦੇ ਇਸਤੇਮਾਲ ਕਰਨੇ ਫੌਜ ਦੀ ਉਤਰੀ ਕਮਾਂ ਦੇ ਕੰਮੇ ਕਾਰਵਾਈਆਂ ਚ ਔਰ ਦਕਸ਼ਤਾ ਆਉਗ ਉੱਤਰੀ ਕਮਾਂਡ ਦੇ ਪ੍ਰਮੁੱਖ ਲੈਫਟਨੈਂਟ ਜਰਨਲ ਉਪੇਂਦ੍ਰ ਦਿਵੇਦੀ ਨੇ ਆਖਿਆ ਜੇ ਇਸ ਕਾਰਜਕ੍ਰਮ ਦੌਰਾਨ ਇਹ ਤਕਨੀਕਾਂ ਫੌਜ ਦੀ ਕਾਰਵਾਈਆਂ ਸਰਪੰਤੀ ਸਮਰਥ ਚ ਔਰ ਬਿਹਤਰੀ ਆਨਗਨ ਫੌਜ ਦੀ ਉੱਤਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਲੈਫਟਨੈਂਟ ਜਰਨਲ ਉਪੇਂਦ੍ਰ ਦਿਵੇਦੀ ਨੇ ਆਖਿਆ ਜੇ ਫੌਜ ਚ ਉਪਕਰਣੇ ਤੇ ਤਕਨੀਕੀਆਂ ਦਾ ਦਰਜਾ ਬਧਾਣੇ ਦੀ ਪ੍ਰਕਿਰਿਆ ਲਗਾਤਾਰ ਚਲਾ ਕਰਦੀ ਹੈ ਉਨੇ ਆਖਿਆ ਜਬ ਕਬਜ਼ਾ ਰੇਖਾ ਪਰ ਖੂਫੀਆ ਤੰਤਰ ਨਿਗਰਾਨੀ ਤੇ ਅਭਿਆਸ ਦੀ ਲਗਾਤਾਰ ਲੋੜ ਹੈ ਜੰਮੂ ਚ ਇੱਕ ਕਾਰਜਕ੍ਰਮ ਥਮਾ ਬਾਰੇ ਬੋਲਦੇ ਹੋਏ ਉਨੇ ਆਖਿਆ ਜ ਫੌਜ ਨੇ ਅਸਲ ਕਬਜ਼ਾ ਰੇਖਾ ਦੇ ਨੇੜੇ ਕਈ ਸਾਰੇ ਉਪਕਰਨ ਇਸਤੇਮਾਲ ਚ ਆਨਣ ਤੇ ਫੌਜ ਦੇ ਉਪਕਰਨ ਤੇ ਤਕਨੀਕਾਂ ਹਰ ਲੰਘਦੇ ਦਿਨ ਦੇ ਕੰਨੇ ਬਿਹਤਰਨ ਦੇ ਜਾ ਕਰ ਦੇਣਾ ਰੱਖਿਆ ਖੇਤਰ ਦੀਆਂ ਨਵੀਆਂ ਤਕਨੀਕਾਂ ਦੇ ਮੇਕ ਇਨ ਇੰਡੀਆ ਦੇ ਤਹਿਤ ਰੱਖਿਆ ਉਪਕਰਣ ਦੇ ਨਿਰਮਾਣ ਬਾਰੇ ਬੋਲਦੇ ਹੋਏ ਉਨ੍ਹਾਂ ਆਖਿਆ ਜਮਈ 2022 ਥਮਾ ਉਹਨੇ ਉੱਤਰੀ ਕਮਾਂਡ ਚ 256 ਨਵੇਂ ਉਪਕਰਣ ਸ਼ਾਮਲ ਕੀਤੇ ਨਾ ਉਹਨੇ ਆਖਿਆ ਜੁੰਦਾ ਮੁੱਖ ਮਕਸਦ ਮੇਕ ਇਨ ਇੰਡੀਆ ਦੇ ਤਹਿਤ ਆਤਮ ਨਿਰਭਰ ਬੰਨਾ ਹੈ रक्षा मंत्री राजनाथ सिंह होताली करोड़ रप के खर्च करने सीमा सड़क संगठन पसिया विकसित नब्बे महत्वपूर्ण ढांचागत परियोजनाए का कल उद्घाटन उदघाटन करकाशवाणी के जमू संवाददाता रिपोर्ट मुजब रक्षा मंत्री हो जम्मू संभाग के सांबा जिले से इने परियोजनाएं राष्ट्र के निमित्त लांगन रथ हो सब्बा जिले च बिश्ना कौलपुर फूलपुर सड़क पर चार सौ बई इशारिया नौ मीटर लम्मे देवक पुल का ਸਾਮਤਾਮ ਢੰਗ ਨੇ ਉਦਘਾਟਨ ਕਰਨਗਨ ਇਹ ਪੁਲ ਰੱਖਿਆ ਬਲੇ ਲਈ ਸਮਰਿਕ ਮਤ ਵਾਲਾ ਉਹਨੇ ਦੇ ਕੰਨੋ ਕੰਨੀ ਖਿੱਤੇ ਦੇ ਸਮਾਜੀ ਆਰਥਿਕ ਵਿਕਾਸ ਕੀ ਵੀ ਯਕੀਨੀ ਬਣਾਗ ਇਹਦੇ ਇਲਾਵਾ ਬਾਕੀ ਦੇ ਹੋਰ ਨੇ ਪ੍ਰੋਜੈਕਟ ਦਾ ਉਦਘਾਟਨ ਰਾਜਨਾਥ ਹੋਰ ਵਰਚੁਅਲ ਤਰੀਕੇ ਰਾਇ ਕਰਨਗਨ ਇੰਦੇ ਚ 11 ਪ੍ਰੋਜੈਕਟ ਦਾ ਨਿਰਮਾਣ ਜੰਮੂ ਕਸ਼ਮੀਰ ਚ 26 ਦਾ ਲਦਾਖ ਚ ਤੇ 36 ਦਾ ਅਰੁਣਾਚਲ ਪ੍ਰਦੇਸ਼ ਚ ਨਿਰਮਾਣ ਕੀਤਾ ਗਿਆ ਇਨੇ ਪਰਿਯੋਜਨਾਏ ਚ 21 ਨਮੀਆਂ ਸੜਕਾਂ ਚੋਂਡ ਪੁਲ ਇੱਕ ਸੁਰੰਗ ਦੋ ਵਾਈ ਪਟੀਆਂ ਦੇ ਦੋ ਐਲੀਪੈਡ ਸ਼ਾਮਲ ਨ ਇਹਨੇ ਪ੍ਰੋਜੈਕਟ ਦੇ ਉਦਘਾਟਨ ਕਰਨੇ ਖਿੱਤੇ ਚ ਸੰਚਾਰ ਸਹਸਤੇ ਚ ਖਰਮਤਾ ਬਾਦਾਵ ਗ ਰੱਖਿਆ ਮੰਤਰੀ ਔਰ ਆਈਆਈਟੀ ਜੰਮੂ ਦੇ ਜਗਤੀ ਕੈਂਪਸ ਚ ਆਯੋਜਿਤ ਨਾਰਥ ਟੈਕ ਸਿੰਪੋਸੀਅਮ 2023 ਜੀ ਕੱਲ ਇਸ ਸਾਲੰਗਨ ਇਹਦਾ ਆਯੋਜਨ ਅਜੇ ਤਵਲੇ ਇਹ 13 ਸਤੰਬਰ ਤੱਕ ਰਕੀ ਤਾਜਾਗ 200 ਥਮਾ ਮਤੇ ਉਦਯੋਗ ਇਹਦੇ ਚ ਹਿੱਸਾ ਲਈਏ ਆਪਣੇ ਉਤਪਾਦ ਪ੍ਰਦਰਸ਼ਿਤ ਕਰਾ ਕਰ ਦੇਣ ਰੱਖਿਆ ਮੰਤਰੀ ਦਾ ਦੌਰਾ ਮੇਦ ਹੈ ਜੇ ਦੋ ਦਿਨ ਦਾ ਹੋਗ ਤੇਜ ਦੌਰਾਨ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਆਸਤੇ ਅਗੇਤਰੇ ਇਲਾਕੇ ਦਾ ਦੌਰਾ ਵੀ ਲਾਈ ਸਕਦੇ ਨੇ ਪਾਕਿਸਤਾਨ ਦੀ ਤਰਫੋਂ ਹੋਣ ਵਾਲੀ ਕੁਸਪੈਠ ਦੀਏ ਕੋਸ਼ਿਸ਼ਾਂ ਦੀ ਨਾਕਾਮ ਬਣਾਣੇ ਤੇ ਕੁਸਪੈਠ ਕਰਨ ਵਾਲੇ ਆਤੰਕਵਾਦੀਆਂ ਦੇ ਖਾਤਮੇ ਲਈ ਸਰਕਾਰ ਹੈ ਬੰਨੇ ਵਾਲੇ ਜ਼ਿਲ੍ਹੇ ਰਾਜੌਰੀ ਤੇ ਪੁੰਛ ਚ ਬਾਦੂ ਬਲੇਗੀ ਤਾਇਨਾਤ ਕੀਤਾ ਹੈ ਆਕਾਸ਼ਵਾਨੀ ਤੇ ਜੰਮੂ ਸੰਪਾਦਾਤਾ ਦੀ ਰਿਪੋਰਟ ਮੁਜਬ ਪੁਲਸਾ ਨੇ ਵੀ ਕਬਜ਼ਾ ਰੇਖਾ ਦੇ ਨੇੜੇ ਆਪਣੀ ਸਥਿਤੀ ਗੰ ਮਜ਼ਬੂਤ ਬਣਾਈ ਦਿੱਤੀ ਦਾ ਪੁਲਿਸ ਅਫਸਰ ਨੇ ਕਿਹਾ ਗਿਆ ਜੋ ਬੰਨੇ ਦੇ ਨੇੜੇ ਰਹੋਣ ਵਾਲੇ ਲੋਕਾਂ ਕੰਨੇ ਵਟਸਐਪ ਗਰੁੱਪਾਂ ਦੇ ਰਾਹੀਂ ਰਾਪਤਾ ਬਣਾਈ ਰੱਖਣ ਤਾਂ ਜੇ ਕੋਈ ਵੀ ਨਕਲਵਰ ਕਦਬਾਰੇ ਬੇਲੇ ਸਿਰ ਜਾਣਕਾਰੀ ਹਾਸਲ ਹੋਈ ਸਕੇ ਤੇ ਤੁਰਤ ਬਾਦੂ ਨਫਰੀ ਕੀ ਉਥੇ ਭੇਜਿਆ ਜਾ ਸਕੇ ਤਾਂ ਹੀ ਫੌਜ ਨੇ ਵੀ ਕਬਜ਼ਾ ਰੇਖਾ ਦੇ ਕੰਨੋ ਕੰਨੀ ਅੰਦਰੂਨੀ ਇਲਾਕਿਆਂ 'ਚ ਵੀ ਆਪਣੀ ਮੌਜੂਦਗੀ ਹੋਰ ਵਧਾਈ ਦਿੱਤੀ ਹੈ ਤਾਂ ਜੇ ਇਸ ਗੱਲ ਦੀ ਪੱਕਾ ਕੀਤਾ ਜਾ ਸਕੇ ਜੇ ਪਾਕਿਸਤਾਨ ਪਾਸਿਆ ਕੋਈ ਵੀ ਆਤੰਕਵਾਦੀ ਕੁਸਪੈਟ ਕਰੀਏ ਇਤ ਬਕੀ ਨਹੀਂ ਆਵੇ ਇਦੇ ਅਲਾਵਾ ਖਾਨਾ ਬਦੋਸ਼ ਜਨਜਾਤੀਆਂ ਆਸਿਆ ਆਪਣੇ ਪ੍ਰਵਾਸ ਦੌਰਾਨ ਇਸਤਮਾਲ ਕੀਤੇ ਜਾਣ ਵਾਲੀ ਟੋਕਨ ਪਰ ਵੀ ਸਖਤ ਨਿਗਰਾਨੀ ਰੱਖੀ ਜਾਵੇਗਾ ਕਿ ਜੇ ਐਸੀਆਂ ਰਿਪੋਰਟਾਂ ਸਲੋ ਯਨ ਜੇ ਇਨੇ ਟੋਕਨ ਦਾ ਇਸਤੇਮਾਲ ਅਤਿੰਗਵਾਦੀਆਂ ਪਾਸੇ ਵੀ ਕੀਤਾ ਜਾਇ ਸਕਦਾ ਹੈ ਟੋਕਨ ਪਰ ਤਾਕ ਰੱਖਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ श्रीनगर च शंकराचार्य इलाके च स्थित तो फॉरेस्ट मेमोरियल राष्ट्रीय जंगलात शहीद शा मनाया गया ए मनाने का मकसद जंगलात ते जंगलात दे फील्ड अमले पास दे ग की चेता करना है इसे किस्मै बाक के कार्यक्रम जम्मू कश्मीर के बख बक हिस्सों भी आयोजित किय जम्मू कश्मीर च पचासी जंगलात अधिकारी ते कर्मचारी अपनी ड्यूटी निभाते हुए सर्वोच्च बलिदान दे चुके हैं ਇਹ ਖਬਰਾਂ ਤੁਸ ਆਕਾਸ਼ਵਾਣੀ ਜਮੂ ਪ੍ਰਾਸੋਂਾ ਦਿਓ ਬਾਕੀ ਦੀਆਂ ਖਬਰਾਂ ਕਰਨੇ ਵਿਜੇ ਬਜਾਜ ਲੈਫਟਨੈਂਟ ਗਵਰਨਰ ਮਨੋਤ ਸਨੌਰੀ ਆਖਿਆ ਜੇ ਜੰਮੂ ਕਸ਼ਮੀਰ ਚ ਪਿਛਲੇ ਕਈਏ ਦਕ ਕੈਂਦਾਗਰ ਭ੍ਰਸ਼ਟਾਚਾਰ ਨੇ ਆਪਣੀਆਂ ਜੜਾਂ ਬੜੀਆਂ ਮਜ਼ਬੂਤ ਕੀਤੀਆਂ ਹੀਆਂ ਤੇ ਹੁਣ ਅਸੀਂ ਇਹਦਾ ਜੜੇ ਥਮਾ ਨਾਸ਼ ਕਰਨੇ ਦਾ ਪੱਕਾ ਨਿਸ਼ਚਾ ਕੀਤਾ ਹੈ ਤੇ ਇਹਦੇ ਲਈ ਭ੍ਰਸ਼ਟਾਚਾਰ ਖਿਲਾਫ ਬਹੁਮੁਖੀ ਕਾਰਵਾਈ ਅਪਣਾਈ ਜਾ ਰਹੀ ਹੈ ਤੇ ਗੁਰਜ ਖੋਰੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਨੇ ਆਖਿਆ ਕਿ ਸ਼ਾਸਨ ਦੇ ਕੰਮੇ ਦੇ ਡਿਜੀਟਿਕਰਨ ਕਰਨੇ ਅਤੇ ਕੰਮਾਂ ਚ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾ ਕਰਦੀ ਹੈ ਤੇ ਭ੍ਰਸ਼ਟਾਚਾਰ ਗੁੱਜਖੋਰੀ ਏਰਾਫੇਰੀ ਤੇ ਗੜਬੜੀਆਂ ਦੀ ਗੁੰਜਾਇਸ਼ ਨਾ ਦੇ ਬਰੋਬਰ ਰਹੀ ਚੁਕੀ ਦੀ ਹੈ ਇਹ ਗੱਲ ਉਹਨੇ ਅਜੇ ਸਟਨਗਰ ਚ ਜੰਮੂ ਕਸ਼ਮੀਰ ਫਾਈਨੈਂਸ ਐਂਡ ਅਕਾਉਂਟਸ ਸੁਸਾਇਟੀ ਦੇ ਜਨਰਲ ਦਾ ਪਹਿਲਾ ਸੰਸਕਰਨ ਜਾਰੀ ਕਰਨ ਦੇ ਮੌਕੇ ਪਰ ਆਖੀ ਉਹਨੇ ਆਖਿਆ ਜੇ ਮਾਲੀ ਤੇ ਸਾਬ ਲੇਖੇ ਸਰਬੰਦੀ ਸੇਵਾ ਸਰਕਾਰੀ ਖਰਚੇ ਉਪਰ ਜਵਾਬ ਦੇਗੀ ਯਕੀਨੀ ਬਣਾਉਣੇ ਲਈ ਇੱਕ ਸਖਤ ਨਿਗਰਾਨ ਦੀ ਭੂਮਿਕਾ ਨਿਭਾ ਕਰਦੀਆਂ ਹਨ ਜੰਮੂ ਕਸ਼ਮੀਰ ਦੀ ਸਰਕਾਰ ਕਰੇ ਲੂਤੇ ਵਿਦੇਸ਼ੀ ਸੈਲਾਨੀਆਂ ਕੀ ਮਤੇ ਵਿਕਲਪ ਉਪਲਬਧ ਕਰਵਾਉਣ ਦੇ ਮਕਸਦ ਕਰਨ ਸੈਲਸਫਾ ਲਈ 391 ਥਾਰਾਂ ਦੀ ਵਿਕਸਿਤ ਕਰੋਗ ਆਕਾਸ਼ਵਾਣੀ ਜੰਮੂ ਦੇ ਸੰਬਾਧਦਾਤਾ ਮੁਜਬ ਜੰਮੂ ਕਸ਼ਮੀਰ ਦੀਆਂ ਐਸੀਆਂ ਕਈ ਥਾਰਨ ਜਿਹੜੀਆਂ ਘੱਟ ਮਸ਼ਹੂਰਨ ਪਰ ਬਿੰਦ ਵਿਕਸਿਤ ਕੀਤੇ ਜਾਣੇ ਪਰ ਬੜਾ ਬਦਿਆ ਵਿਕਲਪ ਸਾਬਤ ਹੋਈ ਸਕਦੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਸੈਲਸਫਾ ਉਦਯੋਗ ਚ ਸਕਾਰਾਤਮਕ ਬਦਲਾਵ ਆਨਨੇ ਤੇ ਜੰਮੂ ਕਸ਼ਮੀਰ ਅਜ ਮੁਲਕ ਦੀ ਬਿਹਤਰੀਨ ਸੈਲਾਨੀ ਥਾਰਾਂ ਚ ਸ਼ਾਮਲ ਹੋ ਚੁਕੇ ਦਾ ਹੈ ਪ੍ਰਸ਼ਾਸਨ ਮੁਜਬ ਸੈਲਸਫਾ ਦਾ ਖੇਤਰ ਬੜੀ ਤੌਲੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵਿਕਾਸ ਦਾ ਇੰਜਨ ਬਣੀ ਜਾਗ ਪ੍ਰਸ਼ਾਸਨ ਦਾ ਮਕਸਦ ਮਤੇਸ਼ਾ ਮਤੇ ਸੈਲਾਨੀ ਗੀ ਆਕਰਸ਼ਿਤ ਕਰਨਾ ਤੇ ਉਨ੍ਹਾਂ ਕੀ ਬਿਹਤਰੀਨ ਤਜਰਬੇ ਆਸਲ ਕਰਵਾਣਾ ਧਿਆਨ ਜੋਗੇ ਇਸ ਬਾਰੇ ਅਜੰਡਾ ਕਰ 1 ਕਰੋੜ 28 ਲੱਖ ਮਤੇ ਸੈਲਾਨੀ ਜੰਮੂ ਕਸ਼ਮੀਰ ਦੀ ਯਾਤਰਾ ਕਰੀ ਚੁਕੇ ਦਿਨ ਇਹ ਅੰਕੜਾ ਪਿਛਲੇ ਬਰੇ ਦੀ ਇਸੇ ਆਫਤੀ ਦੇ ਮੁਕਾਬਲੇ ਬੜਾ ਮਤਾਇਆ ਤੇ ਪ੍ਰਸ਼ਾਸਨ ਕੀ ਮੇਦ ਜੇ ਇਸ ਬਾਰੇ ਰਿਕਾਰਡ ਗਿੰਤਰੀ ਚ ਸਦਾ ਕੋਲਾ ਮਤੇ ਸੈਲਾਨੀ ਜੰਮੂ ਕਸ਼ਮੀਰ ਔੰਗਨ ਜਦੋਂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਹੈ ਔਰ ਨਿਤਾਰਿਆਂ ਵਾਲਾ ਲੇਖ ਜ ਰਾਮਬੰਦ ਜੀ ਮਿਸ਼ਨ ਇੰਦਰ ਦਿਨੁਸ਼ ਦੇ ਪੰਜਵੇਂ ਗੇੜ ਦੀ ਸ਼ੁਰੂਆਤ ਹੋਈ ਜਿਸੇ ਇੰਟੈਂਸੀਫਾਈਡ ਮਿਸ਼ਨ ਇੰਦਰ ਦਿਨੁਸ਼ 5.0 ਦਾ ਨਾਮ ਦਿੱਤਾ ਗਿਆ ਹੈ ਇਹਦੇ ਤਹਿਤ ਹੌਂਦੀ 16 ਤਰੀਕ ਤੱਕਰ ਟੀਮਾਂ ਕਰ ਕਰ ਜਾਈਏ ਪੰਜੇ ਬਰੀ ਤੋਂੜੀ ਦੀ ਉਮਰੀ ਤੇ ਬੱਚੇਂ ਕੀ ਟੀਕਾ ਲੰਗਨ ਇਹ ਟੀਮਾਂ ਗਰਭਵਤੀ ਮਹਿਲਾਆਂ ਕੀ ਚਾਨਣੀ ਦਾ ਟੀਕਾ ਪੀ ਲੰਗਨ ਆਕਾਸ਼ਵਾਣੀ ਜੰਮੂ ਕਨ ਕਲ ਕਰਦੀ ਹੋਈ ਡਿਪਟੀ ਸੀਐਮਓ ਗੁਰਮੀਤ ਕੌਰ ਰਿੰਦਸਿਆ अपने बच्चे जिनके वैक्सीनेशन लगनी है जीरो टू फाइव इयर्स पूरी वैक्सीनेशन कराइए जो कि बारह ट्रेडेंट डिजीजेस के लिए है जिनके लिए हम टीकाकरण करते हैं और गवर्नमेंट ऑफ इंडिया इसको करती है किसी तो का बच्चा भी ना रहे क्योंकि अगर एक बच्चा किसी और का भी रह गया तो वो इन्फेक्शन वापस आके आपके बच्चों को दोबारा दे सके और कोई भी जो प्रेगनेंट वुमेन है वो भी टीकाकरण के अलावा ना रहे ताकि हमारा भारत देश स्वस्थ रहे ਡੁੱਗਰ ਦਾ ਲੋਕਪ੍ਰੀਯ ਤਿਆਰ ਬੱਚ ਦੁਆ ਜਿਹੜਾ ਮਾਂ ਤੇ ਬੱਚੇ ਦੇ ਇਰਖ ਤਿੰਨ ਮੁਲੇ ਬੰਦਨ ਦਾ ਪ੍ਰਤੀਕ ਹੈ ਅੱਜ ਸਮੂਲਚੇ ਡੁੱਗਰ ਪ੍ਰਾਂਤਾ ਚ ਪਰੰਪਰਿਕ ਸ਼ਰਧਾ ਪਾਵਨਾ ਤੇ ਬੜੇ ਚਾਹੇ ਕਨੇ ਮਨਾਇਆ ਗਿਆ ਉਦੰਪੁਰ ਥਮਾ ਸਾੜੇ ਜ਼ਿਲ੍ਹਾ ਸੰਵਾਦਾ ਨੇ ਜਾਣਕਾਰੀ ਦਿੱਤੀ ਹੈ ਜਿਉਂ ਉੱਥੇ ਸਬਨੇਸ਼ਾ ਵੱਡਾ ਆਯੋਜਨ ਦੇਵਕਾ ਕਾਟ ਪਰ ਲੱਗਾ ਜਿੱਥੇ ਆਪਣੇ ਬੱਚੇ ਦੀ ਤੰਦਰੁਸਤੀ ਸਲਾਮਤੀ ਤੇ ਖੁਸ਼ਹਾਲੀ ਲਈ ਬਰਤ ਰੱਖੀਏ ਮਾਂ ਆਪਣੇ ਜਾਗਤੇ ਲਈ ਪਰੰਪਰਿਕ ਪੂਜਾ ਅਰਚਨਾ ਕੀਤੀ ਇਸ ਮੌਕੇ ਉਹਨੇ ਵਿਸ਼ੇਸ਼ ਚਾਲੀ ਦੇ ਪਕਵਾਨ ਉੱਤੇ ਚਾੜੇ ਜਿੰਦੇ ਚ ਰੁੱਟ, ਸੇੜੇ ਦੇ ਚਨੇ ਤੇ ਹੋਰ ਕਈ ਚਾਲੀਆਂ ਖਾਣੇ ਪੀਣੀਆਂ ਵਾਲੀਆਂ ਚੀਜ਼ਾਂ ਸ਼ਾਮਿਲ ਹੀਆਂ ਜਿੰਦਾ ਇਸ ਮੌਕੇ ਪਕਾਣੇ ਵੰਡਨੇ ਤੇ ਖਾਣੇ ਦਾ ਰਿਵਾਜ ਹੈ ਕਠੂਆ ਰਿਆਸੀ ਸੰਬਾ ਤੇ ਹੋਰ ਨੇ ਜ਼ਿਲ੍ਹੇ ਥਮਾ ਵੀ ਬੱਚਤੂਆ ਮਨਾਏ ਜਾਣੇ ਦੇ ਸਮਾਚਾਰ ਥੁਆਕਰ ਦਿਨ ਇਸ ਰੋਜ਼ ਮਹਿਲਾ ਆਪਣੇ ਪਰਿਵਾਰ ਤੇ ਪੁੱਤਰਾਂ ਦੀ ਲੰਮੀ ਆਰਬਲਾ ਲਈ ਗਣੇਸ਼ ਭਗਵਾਨ ਨੂੰ ਦਾ ਵਰਤ ਰੱਖਦੀਆਂ ਨੇ ਬਧ ਰਵਾਚ ਸਖਤ ਸੁਰੱਖਿਆ ਬੰਦੋਬਸਤਾਂ 77ਵੇਂ ਦਿਨੇ ਦੀ ਸਾਲਾਨਾ ਕਿਲਾਸ਼ ਯਾਤਰਾ ਦੀ ਛੜੀ ਮੁਬਾਰਕ ਯਾਤਰਾ ਅੱਜ ਜਾਰੰਬਦ ਦੇ ਸ਼ਰਦਾਲੂ ਇਸਲਾਤਾ ਕਰਿਮਤੀ ਗਿੰਟਰੀ ਚ ਸ਼ਰਦਾਲੂ 2072 ਬਰੇ ਪੁਰਾਣੇ ਵਾਸੁਕੀ नाग ਮੰਦਰ ਗਾਥਾ ਚ ਕਿੱਥੇ ਹੋਏ ਜਿੱਥੂਆਂ ਸਾਲਾਨਾ ਕਿਲਾਸ਼ ਯਾਤਰਾ ਦੀ ਛੜੀ ਮੁਬਾਰਕ ਸ਼ੁਰੂ ਹੋਈ 14700 ਫੁੱਟ ਦੀ ਉਚਾਈ ਪਰ ਸਥਿਤ ਕਿਲਾਸ਼ ਕੁੰਡ ਦੀ ਯਾਤਰਾ ਕੀ ਡੋਡਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ਪਾਲ ਮਾਜਨ ਤੇ ਐਸਐਸਪੀ ਡੋਡਾ ਅਬਦੁਲ ਕাইয়ੂਮ ਔਰੇ ਰਵਾਨਾ ਕਰਵਾਇਆ ਲਾਇਬ੍ਰੇਰੀਆਂ ਸਰਬੰਧੀ ਕੇਂਦਰ ਸ਼ਾਸਤ ਪ੍ਰਦੇਸ਼ ਸਤਾ ਦੀ ਸਲਾਹਕਾਰ ਤੇ ਖਰੀਦ ਕਮੇਟੀ ਨੇ ਸ਼੍ਰੀਨਗਰ ਚ ਲੱਗੀ ਦੀ ਇੱਕ ਬੈਠਕ ਚ ਕਈ ਪ੍ਰਸਤਾਵਾਂ ਦੀ ਚਰਚਾ ਦੇ ਬਾਅਦ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰਸਤਾਵ ਜੰਮੂ ਕਸ਼ਮੀਰ ਚ ਸਰਵਜਨਿਕ ਲਾਇਬ੍ਰੇਰੀਆਂ ਦੀ ਸੁਵਿਧਾਵਾਂ ਚ ਵਿਸਤਾਰ ਕਰਨੇ ਤੇ ਇੰਦਾ ਦਰਜਾ ਵਧਾਣੇ ਲਈ ਡਾਇਰੈਕਟਰ ਲਾਇਬ੍ਰੇਰੀਅਨ ਦੇ ਸਾਹਮਣੇ ਪੇਸ਼ ਕੀਤੇ ਗਏ ਦੇਖੇ ਇੰਦੇ ਚ ਡਿਜੀਟਲ ਲਾਇਬ੍ਰੇਰੀਆਂ ਤਿਆਰ ਕਰਨਾ ਯਾਨੀ ਲਾਇਬ੍ਰੇਰੀਆਂ ਦੇ ਡਿਜੀਟੀਕਰਨ ਵੱਖ-ਵੱਖ ਸਲਾਨੀ ਥਾਰੇਂ ਪਰ ਲਾਇਬ੍ਰੇਰੀਆਂ ਤੇ ਰੀਡਿੰਗ ਰੂਮ ਬਣਾਣੇ ਜੰਮੂ ਤੇ ਸ਼੍ਰੀਨਗਰ ਬਾਈ ਅੱਡੇ ਪਰ ਵੀ ਪੜ੍ਹਨੇ ਦੇ ਸ਼ੌਕੀਨ ਯਾਤਰੀਆਂ ਲਈ ਪੜ੍ਹਨੇ ਲਈ ਵੱਖ-ਵੱਖ ਥਾਰਾਂ ਤਿਆਰ ਕਰਨੇ ਤੇ ਸਕੂਲੀ ਸਿੱਖਿਆ ਮਹਿਕਮੇ ਦੇ ਸਹਿਯੋਗ ਕਰਨੇ ਵੱਖ-ਵੱਖ ਮੁਕਾਬਲੇਬਾਜ਼ੀ ਵਾਲੇ ਮਤਿਆਨੇ ਲਈ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੀ ਮੁਫਤ ਕੋਚਿੰਗ ਦੇਣੇ ਜੰਮੂ ਤੇ ਸ਼੍ਰੀਨਗਰ ਚ ਪੁਸਤਕ ਮੇਲੇ ਦਾ ਆਯੋਜਨ ਕਰਨੇ ਕਿਤਾਬਾਂ ਤੇ ਆਲੇਖਾਂ ਦੇ ਸੰਰਖਣ ਈ ਬੁੱਕ ਖਰੀਦਨੇ ਤੇ ਲਾਇਬ੍ਰੇਰੀਆਂ ਦਾ ਇਸਤੇਮਾਲ ਕਰਨ ਵਾਲਿਆਂ ਦੀ ਆਨਲਾਈਨ ਸੇਵਾ ਉਪਲਬਧ ਕਰਵਾਉਣੇ ਸਰਬੰਧੀ ਪ੍ਰਸਤਾਵ ਵੀ ਸ਼ਾਮਲ ਹੈ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਚ ਲਾਇਬ੍ਰੇਰੀਆਂ ਚ ਤਾਂ ਚਗਤ ਸੁਵਿਧਾਆਂ ਦਾ ਦਰਜਾ ਬਦਾਨੀ ਤੇ ਲਾਇਬ੍ਰੇਰੀਆਂ ਦੀ ਸੁਵਿਧਾ ਮੁਲਕ ਪਰਾਂ ਚ ਗ੍ਰਾਮ ਪੰਚਾਇਤ ਸਤਾਤਰ ਪੁਜਾਨੇ ਦੇ ਮਕਸਦ ਕਰਨ ਹੈ 2023-2024 ਬਰੇ ਲਈ 5000 ਕਰੋੜ ਰੁਪਏ ਦੀ ਰਕਮ ਬਕਰਕੀ ਗਦੀਗੇ ਤੇਖੀ ਰਾਜ ਖਾਸ ਖਬਰਾਂ ਪਰੀ ਪਰਤੀ ਉਪ ਰਾਜਪਾਲ ਮਨੋ ਸਿੰਘ ਨੇ ਅੱਖਿਆ ਜੋ ਭਾਰਤ ਦੇ ਰੱਖਸ਼ਾ ਉਤਪਾਦਨ ਚ ਵਾਦਾ ਮੁਲਕਾ ਲਈ ਇੱਕ ਸਕਾਰਾਤਮਕ ਸਾਰਤ ਹੈ ਲਦਾਖ ਦੇ ਐਲਜੀ ਬੀਡੀ ਮਿਸ਼ਰਾ ਨੇ ਸਾਫ ਕੀਤਾ ਜੇ ਭਾਰਤ ਦੀ 1 ਇੰਚ ਜਮੀ ਵੀ ਚੀਨ ਦੇ ਕਬਜ਼ੇ ਹੇ ਨਹੀਂ ਹੈ ਬਨੇ ਕਨੇ ਲਗਦੇ ਰਾਜੋਰੀਤ ਪੁੰਛ ਜ਼ਿਲ੍ਹੇ ਚ ਅਤੰਕਵਾਦ ਦੀ ਚੁਣੌਤੀ ਕਨੇ ਨਿਭੜਨੇ ਲਈ ਸੁਰੱਖਿਆ ਬਲ ਦੀ ਬਾਦੂ ਤੈਨਾਤੀ ਕੀਤੀ ਗਈ ਹੈ ਜਨਜਾਤੀ ਟੋਕਿੰਪਰ ਵੀ ਨਜ਼ਰ ਰੱਖੀ ਜਾਗ उपराज्यपाल पराज्यपालें जम्मू कश्मीर भ्रष्टाचार की भलिया खत्म करने बहुमुखी नीति अपनाई दी है, अपना है। जिन्ने पिछले कें दहाकें तकर इतें अपनी जड़ा मजबूत की थी सरकार सौ कोला मत नमि सैलानी थरें विकसित करोग इस परे एक करोड़ ठाई लाख कोला मते सैलानी सैलसफा जम्मू कश्मीर आए न इरे